ਪ੍ਰਕਾਸ਼ ਸਿੰਘ ਬਾਦਲ ਨੂੰ ਸੰਨਿਆਸ ਲੈ ਲੈਣਾ ਚਾਹੀਦਾ ਹੈ। ਡਾਕਟਰ ਵੇਰਕਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੇ ਗਏ ਬਾਗੀ ਟਕਸਾਲੀ ਆਗੂਆਂ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਸੰਬੰਧੀ ਬੋਲਦਿਆਂ ਕਾਂਗਰਸ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਹੈ। ਦੇਖਿਏ, ਇਹ ਟਕਸਾਲੀ ਨੇਤਾ ਹੀ ਨਹੀਂ ਚਾਹਤੇ ਕਿ ਬਾਦਲ ਪਰਿਵਾਰ ਰੁਖਸਤ ਹੋ, ਸਾਰਾ ਪੰਜਾਬ ਚਾਹਤਾ ਹੈ, ਸਾਰਾ ਦੇਸ਼ ਚਾਹਤਾ ਹੈ, ਕਿਉਂਕਿ ਛੇਵਾਂ ਦਰਿਆ ਨਸ਼ੋ ਕਾ ਔਰ ਡਰੱਗ ਕਾ ਕਾਰੋਬਾਰ ਖੂਬ ਚਲਾਇਆ ਇਹਨੋਨੇ, ਬੇਅਦਬੀਆਂ ਖੂਬ ਕਰਾਈ, ਕਰਪਸ਼ਨ ਖੂਬ ਕਰਾਈ। ਅਬ ਲੋਕ ਚਾਹਤੇ ਹੈ ਕਿ ਬਾਦਲ ਸਾਹਿਬ ਪੰਜਾਬ ਸੇ ਸੰਨਿਆਸ ਲੇ, ਬੜੇ ਬਾਦਲ ਸਾਹਿਬ ਔਰ ਜੋ ਜੂਨੀਅਰ ਬਾਦਲ ਸਾਹਿਬ ਸੁਖਬੀਰ ਬਾਦਲ ਸਾਹਿਬ ਰੁਖਸਤ ਹੋ ਰਾਜਨੀਤੀ ਸੇ ਔਰ ਪੰਜਾਬ ਪੇ ਮਿਹਰਬਾਨੀ ਕਰੇ, ਪੰਜਾਬ ਕੋ ਔਰ ਬਰਬਾਦ ਨਾ ਕਰੇ। ਅਗਰ ਬਾਦਲ ਪਰਿਵਾਰ ਕੋਈ ਨਿਕਾਲ ਦੋ ਤੋ ਅਕਾਲੀ ਦਲ ਨਿਆ ਬਣਾਉਣ ਕੀ ਜ਼ਰੂਰਤ ਨਹੀਂ ਔਰ ਵੋ ਅਕਾਲੀ ਦਲ ਟਕਸਾਲੀ ਸੰਭਾਲੇਂਗੇ ਸਾਰਾ।